ਅੱਜ ਦੀ ਨਿਊਜ਼ ਸ਼ਾਇਦ ਤੁਸੀਂ ਵੀ ਵੇਖ ਲਈ ਹੋਵੇ ਆ ਅਮਰੀਕਾ ਬਾਰਡਰ ਕ੍ਰੋਸ ਕਰਦੇ ਕਰਦੇ ਇੱਕ ਪਰਿਵਾਰ ਨੇ ਫੈਮਿਲੀ ਆਫ 4 ਬੇਸਿਕਲੀ ਉਹਨਾਂ ਨੇ ਆਪਣੀ ਜਾਨ ਗਵਾ ਲਈ ਆ ਔਰ ਇਹ ਚੀਜ਼ ਅਸੀਂ ਇਹ ਜਿਹੜੀ ਟਰੈਜੇਡੀਆਂ ਆ ਜਦੋਂ ਅਮਰੀਕਾ ਵਿੱਚ ਸਾ ਬਹੁਤ ਬਹੁਤ ਸੁਣੀਆਂ ਜਾਂਦੀਆਂ ਸੀ ਬਹੁਤ ਐਸੇ ਲੋਕ ਨੇ ਭਾਵੇਂ ਤੁਸੀਂ ਉਹ ਡੋਂਕੀ ਲਾ ਕੇ ਕਹਿੰਦੇ ਹੋ ਜਾਂ ਪੈਨਮਾ ਵਰਦੇ ਜੰਗਲਾਂ ਦੇ ਵਿੱਚੋਂ ਦੀ ਨਿਕਲ ਕਿਉਂਦੇ ਮੈਕਸੀਕੋ ਥਾਣੀ ਨਿਕਲ ਕਿਉਂਦੇ ਆ ਵਿੱਚੋਂ ਰਾਹ ਚ ਡਰਗ ਕਾਰਟਲਸ ਪਤਾ ਨਹੀਂ ਕੀ ਕੀ ਫੇਸ ਕਰਨਾ ਪੈਂਦਾ ਉਹਨਾਂ ਨੂੰ ਉਹਨਾਂ ਦੀ ਜੇ ਤੁਸੀਂ ਸਟੋਰੀਆਂ ਸੁਣੋ ਕਿੱਦਾਂ ਅਮਰੀਕਾ ਤੱਕ ਪਹੁੰਚਦੇ ਆ ਅਮਰੀਕਾ ਐਸਾ ਦੇਸ਼ ਆ ਕਿ ਵੇਖੋ ਕੈਨੇਡਾ ਚੋਂ ਵੀ ਲੋਕ ਕ੍ਰੋਸ ਕਰਕੇ ਉੱਥੇ ਆਉਂਦੇ ਆ ਐਸਾ ਦੇਸ਼ ਆ ਅਮਰੀਕਾ ਔਰ ਮੈਂ ਉੱਥੋਂ ਦਾ ਰਹਿਣ ਵਾਲਾ ਮੈਨੂੰ ਪਤਾ ਹੋ ਕੈਸਾ ਦੇਸ਼ ਆ ਕਿ ਲੋਕੀ ਤਰਸਦੇ ਆ ਮਰਦੇ ਆ ਕਿ ਸਾਨੂੰ ਉੱਥੋਂ ਤੱਕ ਅਹੀਂ ਪਹੁੰਚ ਜਾਈਏ ਅਮਰੀਕਾ ਜਾਨ ਲਈ ਲੋਕ ਤਰਸਦੇ ਆ ਇਹ ਤਾਂ ਤੱਕ ਵੀ ਪਤਾ ਕੀ ਹੋ ਸਕਦਾ ਰਸਤੇ 'ਚ ਸਾਡੀ ਜਾਨ ਨਾ ਜਾਣ ਜਾ ਸਕਦੀ ਆ ਲੋਕ ਟਰਾਈ ਕਰਦੇ ਅਸੀਂ ਅਮਰੀਕਾ ਪਹੁੰਚ ਜਾਈਏ ਪਰ ਕੌਣ ਹੈ ਜ਼ਿੰਮੇਵਾਰ ਉਹਨਾਂ ਲੋਕਾਂ ਦਾ ਜਿਹੜੇ ਰਸਤੇ 'ਚ ਹੀ ਰਹਿ ਗਏ ਅਮਰੀਕਾ ਤੱਕ ਪਹੁੰਚ ਨਾ ਸਕੇ ਕੋਈ ਮੈਕਸੀਕੋ ਦੇ ਜੰਗਲਾਂ 'ਚ ਰਹਿ ਗਿਆ ਕੋਈ ਪੈਨਮਾ ਦੇ ਜੰਗਲਾਂ 'ਚ ਰਹਿ ਗਿਆ ਕੋਈ ਯੂਰਪ ਦੇ ਜੰਗਲਾਂ 'ਚ ਰਹਿ ਗਿਆ ਕਿਸੇ ਨੂੰ ਗੋਲੀ ਮਾਰਤੀ ਕਿਸੇ ਨੇ ਕਿਸੇ ਨੂੰ ਕੁਸ਼ ਹੋ ਗਿਆ ਇਹਦੇ ਜ਼ਿੰਮੇਵਾਰ ਸਾਡੇ ਸਿਆਸਤਦਾਨ ਨੇ ਉਸਨੂੰ ਐਸਾ ਪੰਜਾਬ ਨਹੀਂ ਦੇ ਸਕੀ ਸਾਡਾ ਦੇਸ਼ ਐਸਾ ਸਾਨੂੰ ਐਸਾ ਦੇਸ਼ ਨਹੀਂ ਦੇ ਸਕੀ ਜਿੱਥੇ ਅਸੀਂ ਵੱਸ ਸਕੀਏ ਸਾਨੂੰ ਭੱਜਣਾ ਪੈਂਦਾ ਔਰ ਮੈਂ ਤੁਹਾਨੂੰ ਵੀ ਅੱਜ ਵੀ ਕਹਿਣਾ ਅੱਜ ਵੀ ਅਪੀਲ ਕਰਦਾ ਜੇ ਤੁਸੀਂ ਇਹਨਾਂ ਲੋਕਾਂ ਨੂੰ ਨਾ ਕੱਢਿਆ ਇਹਨਾਂ ਲੋਕਾਂ ਨੂੰ ਇਹ ਕੁਰਸੀਆਂ ਤੇ ਤੁਸੀਂ ਨਾ ਬੈਠੇ ਤੇ ਹੋ ਸਕਦਾ ਉਹ ਉਹ ਗਿਣਤੀ ਦੇ ਵਿੱਚ ਤੁਹਾਡੇ ਬੱਚੇ ਵੀ ਹੋਣ ਜਿਨ੍ਹਾਂ ਨੂੰ ਇਹ ਦੇਸ਼ ਛੱਡ ਕੇ ਜਾਣਾ ਪਵੇ ਮਜਬੂਰੀ ਦੇ ਵਿੱਚ ਔਰ ਜੇ ਵੀਜ਼ਾ ਨਾ ਲੱਗਿਆ ਤੇ ਫਿਰ ਉਹਨਾਂ ਜੰਗਲਾਂ ਥਾਂ ਹੀ ਜਾਣਾ ਪਵੇ ਇਹ ਗੱਲ ਮੇਰੀ ਨੋਟ ਕਰ ਲਿਓ ਉਹ ਮਾਵਾ ਨੂੰ ਮੇਰਾ ਮੈਸੇਜ ਦਿਓ ਜਿਨ੍ਹਾਂ ਦੇ ਮਾਵਾ ਦੇ ਪੁੱਤ ਕਦੀ ਅਮਰੀਕਾ ਤੱਕ ਨਹੀਂ ਪਹੁੰਚ ਸਕੇ ਰਾਵਾਂ ਜੀ ਰਹਿ ਗਏ ਇਹ ਸਾਨੂੰ ਇਹ ਇਹ ਸ਼ਾਇਦ ਪੰਜਾਬ ਦੇ ਵਿੱਚ ਸਾਰਿਆਂ ਨੂੰ ਇਹ ਗੱਲਾਂ ਦਾ ਪਤਾ ਨਹੀਂ ਜੇ ਤੁਸੀਂ ਅਮਰੀਕਾ ਜਾ ਕੇ ਉਹਨਾਂ ਦੀਆਂ ਸਟੋਰੀਆਂ ਸੁਣਦੇ ਹੋ ਨਾ ਨਿਊਯਾਰਕ ਵਸਦੇ ਆ ਕੈਨੇਡਾ ਵਸਦੇ ਤੁਹਾਨੂੰ ਲੱਗਦਾ ਕਿ ਉੱਥੇ ਸਾਰੇ ਹਾਈ ਫਾਈ ਆ ਪਰ ਉਹਨਾਂ ਦੀਆਂ ਸਟੋਰੀਆਂ ਸੁਣਿਓ ਕਈ ਲੋਕਾਂ ਦੀਆਂ ਜਿਹੜੇ ਉਹ ਬਾਰਡਰ ਕ੍ਰੋਸ ਕਰਕੇ ਉਹ ਬਾਰਡਰ ਤੇ ਛਾਲਾ ਮਾਰ ਕੇ ਆਏ ਉਹ ਬਾਰਡਰਾਂ ਥਾਣੇ ਕੀ ਕੋਈ ਹੁੰਦਾ ਅਜ ਪਰਿਵਾਰ ਨੂੰ ਉਹ ਚਾਰ ਉਹ ਜਿਹੜੇ ਚਾਰ ਜੀਓ ਛੋਟਾ ਬੱਚਾ ਸੀ ਉਹਨਾਂ ਵਿੱਚੋਂ ਜਿਹੜੇ ਉਹ ਬਾਰਡਰ ਕਰਾਸ ਕਰਦੇ ਕਰਦੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਗਵਾ ਲਈ। ਔਰ ਕੱਲੇ ਅਮਰੀਕਾ ਦੇ ਨਹੀਂ ਲੋਕ بڑے بڑے ਦੇਸ਼ਾਂ ਦੇ ਲੋਕ ਐ ਜਿਹੜੇ ਅਮਰੀਕਾ ਚ ਆਉਣ ਦੀ ਕੋਸ਼ਿਸ਼ ਕਰਦੇ ਉਹਨਾਂ ਬਾਰਡਰਾਂ 'ਤਾਂ ਨਹੀਂ। ਪਰ ਜੇ ਸਾਡੇ ਸਿਆਸਤਦਾਨ ਚੰਗੇ ਹੁੰਦੇ ਸਾਡੀਆਂ ਸਰਕਾਰਾਂ ਚੰਗੀਆਂ ਹੁੰਦੀਆਂ ਉਹ ਲੋਕਾਂ ਨੂੰ ਅਮਰੀਕਾ ਨਾ ਜਾਣਾ ਪੈਂਦਾ। ਅੱਜ ਤਰਸਦੇ ਆ ਲੋਕ ਅਮਰੀਕਾ ਜਾਣ ਨੂੰ। ਪਰ ਮੈਂ ਹੱਥ ਜੋੜ ਕੇ ਅਪੀਲ ਕਰਦਾ ਆਪਣੇ ਸਿਆਸਤਦਾਨਾਂ ਨੂੰ ਤੁਸੀਂ ਆਪਣੀਆਂ ਕੋਠੀਆਂ ਬਣਾ ਲਈਆਂ, ਤੁਸੀਂ ਆਪਣੇ ਵੱਡੇ ਵੱਡੇ ਘਰ ਬਣਾ ਲਏ, ਉਹ ਗੱਡੀਆਂ ਬਣਾ ਲਈਆਂ ਉਹਨਾਂ ਉਹਨਾਂ ਚੀਜ਼ਾਂ ਦਾ ਕੋਈ ਮਤਲਬ ਨਹੀਂ। ਇੱਕ ਵੀ ਜਾਨ ਜਾਂਦੀ ਆ ਨਾ। ਉਦੇ ਜ਼ਿੰਮੇਵਾਰ ਤੁਸੀਂ ਹੋ ਰੱਬ ਤੁਹਾਨੂੰ ਮਾਫ ਨਹੀਂ ਕਰੂਗਾ ਘਰਾਂ ਚ ਤੁਹਾਨੂੰ ਨੀਂਦ ਨਹੀਂ ਆਊਗੀ ਤੁਹਾਡੇ ਕਰਮ ਮਾੜੇ ਆ ਤੁਹਾਡੇ ਕਰਮਾਂ ਦਾ ਫਲ ਤੁਹਾਨੂੰ ਮਿਲੂਗਾ ਤੁਹਾਡੇ ਬੱਚਿਆਂ ਨੂੰ ਮਿਲੂਗਾ ਮੈਂ ਕਿਸੇ ਨੂੰ ਕਿਸੇ ਦੀ ਮਾੜਾ ਨਹੀਂ ਕਹਿੰਦਾ ਪਰ ਜਿੰਨਾ ਮਾਵਾ ਦੇ ਬੱਚੇ ਤੁਸੀਂ ਲੈ ਲਏ ਉਹਨਾਂ ਤੋਂ ਉਹ ਤੁਹਾਨੂੰ ਕਦੀ ਮਾਫ ਨਹੀਂ ਕਰਨਗੇ ਇਹ ਗੱਲ ਯਾਦ ਰੱਖਿਓ ਪਰ ਮੈਂ ਹੱਥ ਜੋੜ ਕੇ ਅਪੀਲ ਕਰਦਾ ਉਹਨਾਂ ਲੋਕਾਂ ਨੂੰ ਬਈ ਹਜੇ ਵੀ ਤੁਹਾਡੇ ਹੱਥ ਚ ਆ ਤੁਸੀਂ ਸਿਸਟਮ ਬਦਲ ਸਕਦੇ ਹੋ ਇੰਨਾ ਚੰਗਾ ਸਿਸਟਮ ਆਪਾਂ ਪੰਜਾਬ ਦਾ ਬਣਾ ਸਕਦੇ ਕਿ ਸਾਡੇ ਬੱਚਿਆਂ ਨੂੰ ਬਾਹਰਲੇ ਦੇਸ਼ਾਂ ਜਾਣਾ ਨਾ ਪਵੇ ਉੱਥੇ ਅਗੇ ਧੱਕੇ ਨਾ ਖਾਣੇ ਪੈਣ ਬਹੁਤ ਕੁਝ ਆ ਬਹੁਤ ਕੁਝ ਆ ਕਈ ਮਾਵਾ ਉਹਨਾਂ ਅਜ ਉਹਨਾਂ ਮਾਵਾ ਨਾਲ ਮੈਂ ਗੱਲ ਕਰ ਰਿਹਾ ਉਹਨਾਂ ਪਿਓਾਂ ਨਾਲ ਗੱਲ ਕਰ ਰਿਹਾ ਤੁਹਾਡੇ ਬੱਚੇ ਤੁਹਾਨੂੰ ਸਭ ਕੁਝ ਨਹੀਂ ਦੱਸਦੇ ਬਹੁਤ ਦਰਦ ਆ ਉਹਨਾਂ ਦੇ ਅੰਦਰ ਜਿਹੜਾ ਉਹ ਅੰਦਰ ਹੀ ਦਬਾ ਲੈਂਦੇ ਆ ਬੜਾ ਬਹੁਤ ਕੁਝ ਆ ਦੇਸ਼ਾਂ ਵਿੱਚ ਵੇਖਣ ਲਈ ਇੰਸਟਾਗ੍ਰਾਮ ਫੇਸਬੁੱਕ ਤੇ ਲਾਈਫ ਹੋ ਰਿਹਾ ਰਿਐਲਿਟੀ ਵਿੱਚ ਉੱਥੇ ਲਾਈਫ ਹੋ ਰਿਹਾ ਬਹੁਤ ਦਰਦਾਂ ਦੇ ਵਿੱਚ ਨਿਕਲ ਕੇ ਉਹ ਬੁਲੰਦੀਆਂ ਤੱਕ ਪਹੁੰਚਦੇ ਆ ਪਰ ਪਹੁੰਚ ਜਾਂਦੇ ਆ ਉਹਨਾਂ ਦੇਸ਼ਾਂ 'ਚ ਅਸੀਂ ਬੁਲੰਦੀਆਂ ਤੱਕ ਪਹੁੰਚ ਜਾਂਦੇ ਆ ਪਰ ਜੇ ਸਾਡੇ ਦੇਸ਼ ਚੰਗੇ ਹੁੰਦੇ ਸਾਨੂੰ ਜਾਣਾ ਨਾ ਪੈਂਦਾ ਉਹਨਾਂ ਬਾਰਡਰਾਂ ਤੇ ਉਹਨਾਂ ਬਾਰਡਰਾਂ ਦੇ ਤੱਕ ਪਹੁੰਚਣ ਲੈ ਕਿੰਨੀਆਂ ਜਾਨਾਂ ਚਲ ਗਈਆਂ ਕਿੰਨੇ ਹੀਰੇ ਅਸੀਂ ਗਵਾਲੇ ਪੰਜਾਬ ਤੇ ਹਜੇ ਵੀ ਹੱਥ ਜੋੜ ਕੇ ਬੇਨਤੀ ਆ ਸਿਆਸਤਦਾਨਾਂ ਨੂੰ ਤੁਹਾਡੇ ਕਾਰਾਂ ਵਿੱਚ ਤੁਹਾਨੂੰ ਕਦੀ ਵੀ ਆਰਾਮ ਨਹੀਂ ਹੋਣਾ ਜਿਹੜੇ ਤੁਸੀਂ ਬੰਦੇ ਮਾਰੇ ਆ ਸਾਡੇ ਬੰਦੇ ਸਾਡੇ ਪੁੱਤ ਮਾਰੇ ਆ ਤੁਹਾਨੂੰ ਕਦੀ ਆਰਾਮ ਨਹੀਂ ਹੋਣਾ ਹਜੇ ਵੀ ਸਿਸਟਮ ਬਦਲ ਦਿਓ ਅਸੀਂ ਜੇ ਲੜਾਈ ਕਰ ਰਹੇ ਆ ਜ ਉਹਨਾਂ ਬੱਚਿਆਂ ਲਈ ਲੜ ਰਹੇ ਆ ਆਪਣੇ ਪੰਜਾਬ ਲਈ ਲੜ ਰਹੇ ਕਿ ਸਾਡੇ ਪੰਜਾਬ ਚੋਂ ਕਦੀ ਕਿਸੇ ਨੂੰ ਬਾਹਰ ਨਾ ਜਾਣਾ ਪਵੇ ਯਾਦ ਕਰਿਓ ਅੱਜ ਪਰਿਵਾਰ ਨੂੰ ਛੋਟੇ ਬੱਚੇ ਨੂੰ ਜਿਹਨੇ ਕੈਨੇਡਾ ਚੋਂ ਜਿਹਨੇ ਜ਼ਿੰਦਗੀ ਵੀ ਨਹੀਂ ਅਜੇ ਵੇਖੀ ਸੀ